ਅਸਲਾਮੁਅਲੈਕਮ ਦੋਸਤੋ ਹੋਰ ਸਨੋ ਕੀ ਹਾਲ ਚਾਲ ਐ ਕਿਸੇ ਤਬੀ ਤਸੇ ਤਨਾ ਉਮੀਦ ਹੈ ਤੁਸੀਂ ਸਾਰੇ ਦੋਸਤ ਠੀਕ ਠਾਕ ਹੋਗੇ ਅੱਛਾ ਯਾਰ ਅੱਜ ਦੀ ਵੀਡੀਓ ਹੈਗੀ ਹੈ ਡਿਸਟ੍ਰਿਕਟ ਜੇ ਲੋਧਰਾਂ ਦੇ ਵਿੱਚ ਜਿਨ੍ਹਾਂ ਦੋਸਤਾਂ ਨੂੰ ਆਰਡਰ ਲੈਟਰ ਮਿਲਿਆ ਉਹਤੇ ਕੀ ਕੰਡੀਸ਼ਨ ਸੀ ਕੀ ਸੂਰਤਿ ਹਾਲ ਸੀ ਉਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਜੀ ਇਹਦੇ ਉੱਤੇ ਤੁਹਾਨੂੰ ਇਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਅਹਿਮ ਅਹਿਮ ਗੱਲਾਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਪਹਿਲੇ ਇੱਕ ਕੇਸ ਆਰਡਰ ਲੈਟਰ ਤੇ ਮੁਕੰਮਲ ਜਿਹੜੀ ਹੈਗੀ ਹੈ ਵੀਡੀਓ ਬਣੀ ਪਈ ਹੈ ਉਹ ਦੇਖ ਲਓ 20 ਮਿੰਟ ਦੀ ਵੀਡੀਓ ਇਹਦੇ ਵਿੱਚ ਤਕਰੀਬਨ ਸਾਰੀ ਇਨਫੋਰਮੇਸ਼ਨ ਹੈ ਤਕਰੀਬਨ ਤੁਹਾਨੂੰ ਮੈਂ ਸਿਰਫ ਸ਼ਾਰਟ ਕਰਕੇ ਹੀ ਦੱਸਾਂਗਾ ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਇਸ ਤੇ ਸਕੇਲ ਦੇ ਮਤਲਬਕਾ ਕਿ ਇਹਦਾ ਜਿਹੜਾ ਸਕੇਲ ਹੈ ਹਜੇ ਪੰਜਵਾਂ ਹੀ ਜੋ ਠੀਕ ਹੈ ਪੰਜਵੇਂ ਦੀ ਹੈ ਜਿਹੜੀ ਪਹਿਲੀ ਹੈਗੀ 10260 ਰੁਪਏ ਇਹਦੀ ਬੇਸਿਕ ਸੈਲਰੀ ਜੋ 500 ਰੁਪਏ ਇਹ ਸਾਲਾਨਾ ਇਨਕਰੀਸਮੈਂਟ ਹੁੰਦਾ ਹੈ 12ਵੇਂ ਮਹੀਨੇ ਤੁਹਾਡੀ ਸੈਲਰੀ ਦੇ ਵਿੱਚ ਬੇਸਿਕ ਸੈਲਰੀ ਜੀ ਜ਼ਮ ਹੋਣ ਠੀਕ ਹੈ ਉਸ ਤੋਂ ਬਾਅਦ ਆ ਅਲਾਉਂਸ ਵਗੈਰਾ ਜਿੰਜੇ ਲੈ ਕੇ ਜਮਾ ਕਰਕੇ ਤੁਹਾਡੀ ਜਿਹੜੀ ਸੈਲਰੀ 25260 ਰੁਪਏ ਬਣੇਗੀ ਬਿੜੀ ਤੁਹਾਨੂੰ ਮਿਲੇਗੀ ਉਸ ਤੋਂ ਇਲਾਵਾ ਜਿਹੜੀ ਹੈਗੀ ਇਹਦੇ ਰੌਂਡ ਬਾਉਂਡ ਇਸ ਤੋਂ ਜ਼ਿਆਦਾ 1000 ਜਾਂ 2000 ਦਾ ਫਰਕ ਪੈਂਦਾ ਹੁੰਦਾ ਹੈ ਜਾਂ ਜ਼ਿਆਦਾ ਹੋ ਸਕਦੀ ਹੁੰਦੀ ਹੈ ਜਾਂ ਕਮ ਹੋਣ ਦੇ ਚਾਂਸਸ ਹੁੰਦੇ ਨੇ ਠੀਕ ਹੈ ਲੇਕਿਨ ਤੁਸੀਂ ਸਮਝਣਾ ਕਿ ਜਿਹੜੀ ਸੈਲਰੀ ਸਾਡੀ ਹੈਗੀ ਉਹ 25000 ਜਾਂ 26000 ਇਸ ਦੇ ਅਰਾਊਂਡ ਬਾਉਂਡ ਜ਼ਰੂਰ ਲੱਗ ਜੇਗੀ ਉਸ ਤੋਂ ਇਲਾਵਾ ਇਹ ਸਪੇਸ ਸਕੇਲ ਦੇ ਮਤਲਕਾ ਮੈਂ ਤੁਹਾਨੂੰ ਦੱਸ ਦਿਆਂ ਕਿ ਪੇ ਸਕੇਲ ਜਿਹੜਾ ਹੈ ਉਹ ਦੇ ਨੋਟੀਫਿਕੇਸ਼ਨ 7ਵੇਂ ਦੇ ਜਿਹੜਾ ਹੈਗਾ ਉਹ ਹੋ ਗਿਆ ਠੀਕ ਹੈ ਸੈਲਰੀ ਵੀ ਇਨਕਰੀਜ਼ ਹੋ ਗਈ ਹੈ ਲੇਕਿਨ ਹਜੇ ਮਿਲੀ ਨਹੀਂ ਹੈਗੀ ਇੱਕ ਕੋਈ ਕੋਈ ਫਾਈਨਾਂਸ ਡਿਪਾਰਟਮੈਂਟ ਦਾ ਕੋਈ ਇਹਨਾਂ ਦਾ ਹੈ ਕੋਈ ਕੋਈ ਰੋਲਾ ਥੋੜਾ ਬਹੁਤਾ ਉਹ ਜੋ ਹੀ ਕਲੀਅਰ ਹੁੰਦਾ ਹੈ ਤੇ ਇਹਨਾਂ ਨੂੰ ਸੈਲਰੀ ਜਿਹੜੀ ਹੈਗੀ ਹੈ ਜਿਹੜਾ ਪਿਛਲਾ ਸਾਲ ਗੁਜ਼ਰਿਆ ਉਹਦੇ ਨਵੰਬਰ 1 ਨਵੰਬਰ ਤੋਂ ਹੀ ਲੱਗੇਗੀ ਇਹਨਾਂ ਦੀ ਸੈਲਰੀ ਜਿਹੜੀ ਸੈਲਰੀ ਹੈ ਨਾ ਉਹ 1 ਨਵੰਬਰ ਤੋਂ ਹੀ 7ਵੇਂ ਸਕੇਲ ਤੇ ਲੱਗੇਗੀ ਯਾਨੀ ਕਿ ਅਗਰ ਤੁਸੀਂ ਹੁਣ ਦੇਖੋ ਨਵੰਬਰ ਦਸੰਬਰ ਤੇ ਜਨਵਰੀ ਜਦੋਂ ਵੀ ਲੱਗੇਗੀ ਪਿਛੋਂ ਸਾਰਾ ਜਿਹੜੇ ਪਿਛਲੇ ਮਹੀਨੇ ਤੋਂ ਹੀ ਲੱਗੇਗੀ ਯਾਨੀ ਕਿ ਨਵੰਬਰ ਤੋਂ ਇਹਨੂੰ ਕਿਹਾ ਜਾਂਦਾ ਹੈ ਇਹ ਰੀਅਲ ਅਲਾਨਸ ਜਿਹੜੇ ਪਿਛਲੇ ਬਕਾਇਆ ਜਾਤ ਵੀ ਨਾਲ ਲੱਗੇ ਹਨ ਇਹਨੂੰ ਕਿਹਾ ਜਾਂਦਾ ਜੀ ਏਰੀਅਲ ਅਲਾਨਸ ਹੁਣ ਤੋਂ ਬਾਅਦ ਆ ਤੁਹਾਨੂੰ ਮੈਂ ਇਸ ਤੇ ਇਹ ਜਿਹੜੀਆਂ ਬਾਕੀ ਕੰਡੀਸ਼ਨਾਂ ਦੇ ਸਾਰੀਆਂ ਹੀ ਨੇ ਪੁਆਇੰਟ 2 ਨੰਬਰ ਜਿਹੜਾ ਹੈਗਾ ਇਸ ਦੇ ਮਤਲਬਕਾ ਪੁਆਇੰਟ B ਜਿਹੜਾ ਇਸ ਦੇ ਮਤਲਬਕਾ ਤੁਹਾਨੂੰ ਦੱਸਦੇ ਆ ਕਿ ਜਿਹੜਾ ਮਹਿਕਮਾ ਹੈ ਉਹਨੇ ਹੀ ਤੁਹਾਡਾ ਜਿਹੜਾ ਹੈਗਾ ਅਪੁਆਇੰਟਮੈਂਟ ਲੈਟਰ ਜਾਂ ਜੁਆਇਨਿੰਗ ਲੈਟਰ ਉਹਦੇ ਵਿੱਚ ਉਹਨਾਂ ਨੇ ਵਾਜ਼ਿਹਾ ਲਿਖਿਆ ਆਰਡਰ ਲੈਟਰ ਦੇ ਵਿੱਚ ਕਿ ਇਹ ਵੈਰੀਫਿਕੇਸ਼ਨ ਇਹਨੇ ਅਧਾਰੇ ਨੇ ਕਰਨੀ ਐਜੂਕੇਸ਼ਨ ਦੀ ਠੀਕ ਹੈ ਤੁਹਾਡੇ ਜਿੰਨੇ ਵੀ ਤੁਸੀਂ ਸਰਟੀਫਿਕੇਟ ਦਿੱਤੇ ਨੇ ਉਹਦੀ ਐਜੂਕੇਸ਼ਨ ਦੀ ਵੈਰੀਫਿਕੇਸ਼ਨ ਇਹ ਅਧਾਰਾ ਹੀ ਕਰੇਗਾ सीएनसी ਉਸ ਤੋਂ ਇਲਾਵਾ ਇਹ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੈ ਤੁਹਾਡੇ ਕੋਲ ਸਪੈਸ਼ਲ ਬ੍ਰਾਂਚ ਵਾਲੇ ਜਿਹੜੇ ਨੇ ਉਹ ਕਰਨਗੇ ਠੀਕ ਹੋ ਗਿਆ ਇਹ ਅਦਾਰਾ ਖੁਦ ਕਰਵਾਉਂਦਾ ਹੁੰਦਾ ਉਸ ਤੋਂ ਬਾਅਦ ਆ ਮੈਡੀਕਲ ਤਕਰੀਬਨ ਜਿਹੜੀ ਚੀਜ਼ਾਂ ਇਹਨੇ ਕਿਹਾ ਉਹ ਤੁਸੀਂ ਆਲ ᱨੈਡੀ ਕਲੀਅਰ ਕਰ ਚੁੱਕੇ ਜੋ ਮਸਲਨ ਕਿ ਤੁਹਾਡੀ ਹਾਈਟ ਚਸਟ ਤੇ ਜਿਹੜੀ ਤੁਹਾਡੀ ਵਿਜ਼ਨ ਹੈਗੀ ਉਹ ਤੁਸੀਂ ਆਲ ᱨੈਡੀ ਕਲੀਅਰ ਕਰ ਚੁੱਕੇ ਜੋ ਹੁਣ ਆਗੇ ਨੇ ਇਹ ਜਿਹੜੇ ਤੁਹਾਡੇ ਜਿਹੜੇ ਟੈਸਟ ਹੈਗੇ ਨੇ ਉਹ ਤੁਸੀਂ ਕਰਵਾਣੇ ਨੇ HIV ਦੇ ਹੈਗੇ ਨੇ ਹੈਪਾਟਾਈਟਿਸ ਤੇ ਅਸਥਮਾ ਦੇ ਟੀਬੀ ਦੇ ਨੇ ਡਾਇਬੀਟਸ ਦੇ ਨੇ ਤੇ ਇਸੇ ਤਰ੍ਹਾਂ ਹੀ ਕੁਝ ਇੱਕ ਚੰਦ ਇੱਕ ਜਿਹੜੇ ਹੈਗੇ ਨੇ ਟੈਸਟ ਹੋਰ ਨੇ ਬਿਮਾਰੀਆਂ ਦੇ ਉਸ ਦੇ ਮਤਲਕਾ ਤੁਸੀਂ ਇਤਨੇ ਪਰੇਸ਼ਾਨ ਨਾ ਹੋ ਜਿਹੜੇ ਉਹ ਤੋਂ ਤਕਰੀਬਨ ਆਲਮੋਸਟ ਤੁਸੀਂ ਸਾਰੇ ਹੀ ਕਲੀਅਰ ਹੋਵੋਗੇ ਉਸ ਤੋਂ ਬਾਅਦ ਅਸੀਂ ਇਨਸ਼ਾਅੱਲਾ ਇੱਕ ਵੀਡੀਓ ਇਸ ਤੇ ਮੁਕੰਮਲ ਮੈਡੀਕਲ ਦੇ ਮਤਲਕਾ ਬਣਾਵਾਂਗੇ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਬਿਲਕੁਲ ਵਿਜ਼ਾ ਹੋਣ ਗਿਆ ਮੈਂ ਇੱਕ ਦੋ ਦਿਨ ਸਿਰਾਂ ਉੱਤੇ ਕੰਮ ਕਰ ਰਿਹਾ ਉਹ ਵੀ ਤੁਹਾਨੂੰ ਮਿਲ ਜੇਗੀ ਤੇ ਬਾਕੀ ਇਹ ਸਾਰੀਆਂ ادارے ਦੀਆਂ ਮਸਲਾਂ ਕਹਿ ਰਹੇ ਕਿ ਦੋ ਜਿਹੜਾ ਸਾਲ ਤੋਂ ਤੱਕ ਤੁਸੀਂ ਜਿਹੜਾ ਹੈਗਾ ਟ੍ਰੇਨਿੰਗ ਜਿਹੜੇ ਹੈਗੇ ਨੇ ਨਾ ਟ੍ਰੇਨਿੰਗ ਦੇ ਪ੍ਰੋਫੀਸ਼ਨ ਪੀਰੀਅਡ ਜਿਹੜਾ ਟ੍ਰੇਨਿੰਗ ਤੋਂ ਪਹਿਲੇ ਜਿਹੜਾ ਹੈਗਾ ਦੋ ਸਾਲਾ ਪ੍ਰੋਫੀਸ਼ਨ ਪੀਰੀਅਡ ਹੁੰਦਾ ਜੋ ਅਗਰੇ ਦੇ ਵਿੱਚ ਤੁਸੀਂ ਕੋਈ ਇਨਲੀਗਲ ਐਕਟੀਵਿਟੀ ਕਰਦੇ ਜਦੋਂ ਦੀ ਉਹਦੀ ਤੁਹਾਨੂੰ ਸਖਤ ਜਿਹੜੀ ਹੈਗੀ ਸਜ਼ਾ ਦਿੱਤੀ ਜਾਈ ਉਸ ਤੋਂ ਇਲਾਵਾ ਇੱਕ ਅਹਿਮ ਚੀਜ਼ ਇਹ ਹੈ ਕਿ ਉਹ ਲੜਕੇ ਜਿਹੜੇ ਫੌਰਨ ਕਿਸੇ ਨਾ ਕੋਈ ਸੇ ਬਾਹਰ ਦੀ ਜਿਹੜੀ ਔਰਤ ਨਾਲ ਸ਼ਾਦੀ ਕੀਤੀ ਹੋਈ ਹੈ ਤੇ ਉਹਨਾਂ ਦਾ ਜਿਹੜਾ ਹੈਗਾ ਉਹ ਪ੍ਰੂਫ ਵੀ ਜ਼ਰੂਰ ਦੇਣਗੇ ਟੀ.ਐੱਡੀ ਇਹ ਤੁਹਾਨੂੰ ਨਹੀਂ ਦਿੱਤਾ ਜਾਏ ਇਸ ਦੇ ਮਤਲਕਾ ਤੁਹਾਨੂੰ ਮੈਂ ਪਹਿਲੇ ਵੀ ਕਹਿ ਚੁੱਕਾ ਹਾਂ ਕਿ ਮਕਮਲ ਵੀਡੀਓ ਮੈਂ ਤੁਹਾਨੂੰ ਇਸ ਤੇ ਬਣਾ ਦੁੱਤੀਏ ਇਸ ਕਰਕੇ ਮੁਕਸਰੀ ਰੱਖਾਂਗੇ ਤੇ ਹੁਣ ਅਸੀਂ ਆ ਜਨੇ ਲਾਸਟ ਜਿਹੜੀ ਇਹਦੇ ਵਿੱਚ ਸਭ ਤੋਂ ਅਹਿਮ ਚੀਜ਼ ਹੈਗੀ ਏ ਉਹ ਹੈਗੇ ਦੇ ਵਿੱਚ 20 ਡੇ ਤੁਸੀਂ ਵਿਦਿਨ 20 ਡੇਜ਼ ਦੇ ਵਿੱਚ ਜਿਹੜੇ ਲੋਧਰਾਂ ਵਾਲੇ ਉਹਨਾਂ ਨੂੰ 20 ਦਿਨ ਮਿਲੇ ਨੇ BC 20 ਦਿਨਾਂ ਦੇ ਵਿੱਚ ਵਿੱਚ ਇਹ ਤੁਹਾਡੀ ਸਾਰੀ ਵੈਰੀਫਿਕੇਸ਼ਨ ਹੋ ਜਾਏਗੀ ਉਸ ਤੋਂ ਇਲਾਵਾ ਜਿਹੜਾ ਹੈਗਾ ਤੁਹਾਨੂੰ ਆਟੋਮੈਟਿਕਲੀ ਜਦੋਂ ਤੁਸੀਂ 20 ਦਿਨਾਂ ਦੇ ਵਿੱਚ ਤੁਸੀਂ ਆਪਣੀ ਐ ਜਮਾ ਜਾ ਕੇ ਕਰवानी ਹੈ ਵਾਪਸ ਇਹ ਵੇਖੋ ਇਹ ਫੀ ਅਕਸੈਪਟ ਦਾ ਅਬੋਵ ਮੈਂਸ਼ਨ ਟਰਮਸ ਐਂਡ ਕੰਡੀਸ਼ਨ ਇਜ਼ ਰਿਕਵਾਇਰਡ ਇਸ ਰਿਪੋਰਟ ਟੂ ਦਾ ਸੁਪਰੀਟੈਂਟ ਡਿਸਟ੍ਰਿਕਟ ਜੇ ਲੋਧਰਾ ਵਿਦਿਨ 20 ਡੇਜ਼ ਇਸ਼ੂਐਂਸ ਆਫ ਅਪੁਆਇੰਟਮੈਂਟ ਲੈਕ order, along with following verified documents and medical fitness certificates following which has offer of appointment will automatically stand nil and avoid. If you are willing to accept the offers of appointment on the above terms and conditions, you should immediately submit your acceptance is written to the office of the superintendent District Jail, Lodra within 20 days after the issuance of this. offer filling which the offer of appointment will will stand with with draw automatically ਤੁਸੀਂ ਆਪਣਾ ਜਿਹੜਾ ਹੈਗਾ ਆਰਡਰ ਲੈਟਰ ਨਾਲ ਲੈ ਕੇ ਜਾਣਾ ਤੇ ਤੁਸੀਂ ਜਾ ਕੇ ਆਪਣੀ ਜਿਹੜੀ ਹੈਗੀ ਮੈਡੀਕਲ ਕਰਵਾਓਗੇ ਮੈਡੀਕਲ ਤੋਂ ਬਾਅਦ ਜਿਹੜਾ ਤੁਸੀਂ ਤੁਹਾਡਾ ਕੰਮ ਕਰਵਾਉਣ ਵਾਲਾ ਮੈਡੀਕਲ ਆਪਣੇ ਦਸਤਾਵੇਜ਼ ਜਿਹਦੇ ਹੈਗੇ ਨੇ ਉਹ ਤੁਸੀਂ ਕਲੀਅਰ ਕਰਵਾਓ ਠੀਕ ਹੈ ਉਹਦੇ ਤੁਸੀਂ ਦੋ ਤੋਂ ਚਾਰ ਚਾਰ ਪੰਜ ਪੰਜ ਤੁਸੀਂ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਡਾਕੂਮੈਂਟਸ ਆ ਗਏ ਨੇ ਉਹਨਾਂ ਦੀਆਂ ਤੁਸੀਂ ਫਾਇਲਾ ਤਿਆਰ ਕਰੋ ਫਾਇਲਾ ਤਿਆਰ ਕਰਕੇ ਤੁਸੀਂ ਵਾਪਸ ਜਿਹੜਾ ਹੈਗੇ ਨੇ ਇਹ ਜਿਹੜੀ 20 ਤਰੀਕ 20 ਦਿਨਾਂ ਦੇ ਅੰਦਰ ਅੰਦਰ ਤੁਸੀਂ ਵਾਪਸ ਜਮ੍ਹਾਂ ਕਰਵਾ ਦੇਣੇ ਡਿਸਟ੍ਰਿਕਟ ਝੇਲੋਦਰਾ ਤੇ ਅਗਰ ਮਜ਼ੀਦ ਇਸ ਵੀਡੀਓ ਦੇ ਮਤਲਕਾ ਇਸੇ ਤਰ੍ਹਾਂ ਅਗਰ ਮੀਆਂਵਾਲੀ ਵਾਲਿਆਂ ਨੂੰ ਜਦੋਂ ਆਰਡਰ ਲੈਟਰ ਮਿਲੇਗਾ ਉਹ ਵੀ ਇਸੇ ਤਰ੍ਹਾਂ ਹੀ ਚੱਲੇਗਾ ਸਾਰਾ ਸਿਸਟਮ ਤੇ ਹਮੀ ਦੇ ਤੁਹਾਨੂੰ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਮਿਲਦੇ ਆ ਨੈਕਸਟ ਵੀਡੀਓ ਚ ਕੋਈ ਹੋਰ ਨਵੀਂ ਇਨਫੋਰਮੇਸ਼ਨ ਜਾਂ ਚਾਹਾਨੂੰ ਕਿਸੇ ਚੀਜ਼ ਦੀ ਜਿਹੜਾ ਨਹੀਂ ਪਤਾ ਚੱਲਿਆ ਤਾਂ ਮੇਰੇ ਕੋਲ ਜ਼ਰੂਰ ਪੁੱਛ ਲੈਣਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ ਓਕੇ ਅੱਲਾ ਹਾਫੀਜ਼